दो तो वध बच्चे करो पैदा, सीएम दी लोकां नूं अपील। दो तो वध बच्चा वालियां नूं मिलणगियां ज्यादा सहूलतां। दो तो वध बच्चे पैदा करन वाले ही लड़ सकदे ने लोकल लैवल दीआं चोणां। आखिरकार क्यों करनी पई सीएम नूं इह अपील? जी हाँ, यह बयान सीएम दे वल्लों दिता गया कि सूबे दे लोक वध तो वध भाव कि दो बच्चियां तो वध बच्चे पैदा करन, क्योंकि पिंडां दे पिंड खाली हो चुके ने। बहु गिणती नौजवान विदेशां दे विच जा चुके ने और नौजवानां दी गिणती सूबे दे विच घट गई है। दो तो वध बच्चे पैदा ना करन दा नियम बदलिया गया है। हालात बदले ने तां नियम नूं भी बदल दिता गया। स्कीम तहत सिर्फ दो तो वध बच्चियां वाले ही लड़ सकणगे लोकल बॉडी दीआं चोणां। दस दिए कि आंध्रा प्रदेश दे मुख्यमंत्री एन चंद्रबाबू नायडू बच्चे वधाओ योजना लियाउण जा रहे ने। उन्होंने कहा कि सूबा सरकार परिवारां नूं होर बच्चे पैदा करन दे लई उत्साहित करेगी, उन्हां नूं भी लाभ दिता जाएगा। इस तों इलावा सरकार नवां कानून लियाउण ते विचार कर रही है। इस तहत सिर्फ दो तो वध बच्चियां वाले लोग ही लोकल बॉडी चोणां लड़ सकणगे। उन्होंने कहा कि दक्षिणी भारत दे राज्यां दे लोकां नूं वध बच्चे पैदा करने चाहीदे ने। इलाके विच बजुर्गां दी आबादी वध रही है, जिस दा उल्टा असर पएगा। मुख्यमंत्री ने कहा कि उन्हां दी सरकार दो तो वध बच्चे वाले परिवारां नूं प्रोत्साहन देण बारे विचार कर रही है। नवां कानून लियाउण दी भी तैयारी कीती जा रही है। जेकर इह कानून आउंदा है ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਸਿਰਫ ਦੋ ਤੋਂ ਵੱਧ ਬੱਚਿਆਂ ਵਾਲੇ ਲੋਕ ਹੀ ਲੋਕਲ ਬਾਡੀ ਚੋਣਾਂ ਲੜ ਸਕਣਗੇ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਸਰਕਾਰ ਜ਼ਿਆਦਾ ਬੱਚੇ ਵਾਲੇ ਪਰਿਵਾਰਾਂ ਨੂੰ ਜ਼ਿਆਦਾ ਲਾਭ ਦੇਣ ਜਾ ਰਹੀ ਹੈ। ਪਹਿਲਾਂ ਦੇ ਕਾਨੂੰਨ ਤਹਿਤ ਦੋ ਤੋਂ ਵੱਧ ਬੱਚਿਆਂ ਵਾਲੇ ਲੋਕਲ ਬਾਡੀ ਚੋਣਾਂ ਨਹੀਂ ਲੜ ਸਕਦੇ ਸੀ। ਹੁਣ ਚੰਦਰਬਾਬੂ ਨਾਇਡੂ ਸਰਕਾਰ ਨੇ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ। ਇਸ ਦੀ ਥਾਂ ਤੇ ਨਵਾਂ ਕਾਨੂੰਨ ਲਿਆਉਣ ਤੇ ਵਿਚਾਰ ਕੀਤਾ ਜਾ ਰਿਹਾ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਚੀਨ ਅਤੇ ਜਾਪਾਨ ਸਮੇਤ ਯੂਰਪ ਦੇ ਕਈ ਦੇਸ਼ ਬੁਢਾਪੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਭਾਵੇਂ ਸਾਡੇ ਕੋਲ 2047 ਤੱਕ ਜਨਸੰਖਿਆ ਲਾਭ ਹੈ, ਪਰ ਆਂਧਰਾ ਪ੍ਰਦੇਸ਼ ਸਮੇਤ ਦੱਖਣੀ ਭਾਰਤ ਵਿੱਚ ਬੁਢਾਪੇ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਪਿੰਡਾਂ ਦੇ ਵਿੱਚ ਹੁਣ ਬਜ਼ੁਰਗ ਹੀ ਬੱਚੇ ਨੇ ਔਰ ਬਹੁ ਗਿਣਤੀ ਨੌਜਵਾਨ ਨੇ ਜਿਹੜੇ ਉਹ ਵਿਦੇਸ਼ ਦੇ ਵਿੱਚ ਗਏ ਨੇ। ਸੋ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੋ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ ਔਰ ਉਹਨਾਂ ਦੇ ਮਾਪਿਆਂ ਨੂੰ ਖਾਸ ਸਹੂਲਤਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਚੰਦਰਬਾਬੂ ਨਾਇਡੂ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਹੈ। ਚੰਦਰਬਾਬੂ ਨਾਇਡੂ ਨੇ ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੂਬੇ ਦਾ ਆਬਾਦੀ ਸੰਤੁਲਨ ਵਿਗੜਦਾ ਜਾ ਰਿਹਾ। ਪ੍ਰਦੇਸ਼ ਦੇ ਕਈ ਪਿੰਡਾਂ ਦੇ ਵਿੱਚ ਹੁਣ ਬਜ਼ੁਰਗ ਹੀ ਬੱਚੇ ਨੇ। ਲੋਕਾਂ ਨੂੰ ਹੋਰ ਬੱਚੇ ਪੈਦਾ ਕਰਨ ਬਾਰੇ ਸੋਚਣਾ ਚਾਹੀਦਾ ਹੈ। ਵਿਦੇਸ਼ ਜਾਣ ਕਰਕੇ ਇਸ ਸੂਬੇ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਘੱਟ ਗਈ ਹੈ। ਚੰਦਰਬਾਬੂ ਨਾਇਡੂ ਨੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਕੀਤੀ ਹੈ। ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਾ ਨਿਯਮ ਆ ਜਿਹੜਾ ਉਹ ਬਦਲਿਆ ਗਿਆ। ਹਾਲਾਤ ਬਦਲ ਗਏ ਨੇ ਤਾਂ ਨਿਯਮ ਨੂੰ ਵੀ ਬਦਲਿਆ ਗਿਆ ਹੈ। ਵੱਧ ਬੱਚਿਆਂ ਵਾਲੇ ਮਾਪਿਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਸਕੀਮ ਤਹਿਤ ਸਿਰਫ ਦੋ ਤੋਂ ਵੱਧ ਬੱਚਿਆਂ ਵਾਲੇ ਹੀ ਲੜ ਸਕਦੇ ਨੇ ਲੋਕਲ ਬਾਡੀ ਦੀਆਂ ਚੋਣਾਂ। ਇਹ ਬਿਆਨ ਆ ਜਿਹੜਾ ਇਹ ਚੰਦਰਬਾਬੂ ਨਾਇਡੂ ਦੇ ਵੱਲੋਂ ਦਿੱਤਾ ਗਿਆ ਹੈ।